ਅਕਸ਼ੈ ਕੁਮਾਰ ਔਰ ਦਲਜੀਤ ਦੁਸਾਂਝ ਦੀ ਅੱਜ ਇੱਕ ਨਵੀਂ ਮੂਵੀ ਗੁੱਡ ਨਿਊਜ਼ ਰਿਲੀਜ਼ ਹੋਈ ਹੈ। ਚੰਡੀਗੜ੍ਹ ਦੇ ਸਾਰੇ ਥੀਏਟਰਾਂ 'ਚ ਲੱਗੀ ਹੋਈ ਹੈ। ਅਸੀਂ ਉਸ ਮੂਵੀ ਨੂੰ ਕਵਰ ਕਰਨ ਲਈ ਆਏ ਹਾਂ, ਲੋਕਾਂ ਦੇ ਵਿਊ ਲੈਣ ਲਈ ਆਏ ਹਾਂ। ਲੋਕਾਂ ਨੂੰ ਇਹ ਮੂਵੀ ਕਿੱਦਾਂ ਦੀ ਲੱਗੀ ਹੈ, ਉਹਨਾਂ ਨੂੰ ਕਿਸ ਐਕਟਰ ਦੀ ਐਕਟਿੰਗ ਸਭ ਤੋਂ ਵਧੀਆ ਲੱਗੀ ਹੈ, ਕੀ ਇਹ ਫੈਮਲੀ ਮੂਵੀ ਹੈ, ਕੀ ਦਲਜੀਤ ਪੰਜਾਬੀ ਮੂਵੀ ਤੋਂ ਹਿੰਦੀ ਮੂਵੀ 'ਚ ਮਤਲਬ ਕਿ ਆਪਣੇ ਆਪ ਨੂੰ ਸੈੱਟ ਕਰ ਪਾਉਣਗੇ ਕਿ ਨਹੀਂ, ਉਹਨਾਂ ਦੀ ਐਕਟਿੰਗ ਅਕਸ਼ੈ ਦੇ ਮੁਕਾਬਲੇ ਕਿੱਦਾਂ ਦੀ ਲੱਗੀ, ਇਹ ਸਾਰੇ ਅਸੀਂ ਸਵਾਲਾਂ ਦੇ ਜਵਾਬ ਲਵਾਂਗੇ ਜਿਹੜੇ ਕਿ ਇਹ ਮੂਵੀ ਦੇਖ ਕੇ ਆਉਣਗੇ। Very nice movie, we enjoyed a lot as a family. Too good. Good movie. Message bhi hai, sab kuch hai. It was very good movie with a message. Message bhi hai isme. Bahut badi film hai, amazing, super comedy. Movie bahut hi achhi hai. Beech mein thodi si emotional bhi ho jati hai, matlab movie all right, matlab achhi hai. Family movie hai. Iski acting aapko sabse badhiya lagi? Sabki. Sabse badi acting usi ki thi. Diljit. Akshay Kumar. मुझे भी अक्षय कुमार की बहुत अच्छा लगा। एक्टिंग अक्षय कुमार एंड दिलजीत दोनों की बहुत बढ़िया है, लेकिन अक्षय कुमार इज़ बेटर। एक्टिंग तो अच्छी है, थोड़ा सा मजाक भी करते हैं तो अच्छी लगी। एक्टिंग सभी की अच्छी थी। 4.5 मैं 4 दूंगी। बिल्कुल 5, बिल्कुल 5 आउट ऑफ 5। 5 पूरे 4.5 5 ही देंगे। अच्छी थी मूवी, बहुत अच्छी थी। फैमिली पिक्चर भी है, फैमिली के साथ देखने वाली। हां अच्छी है। 5 ही देंगे। 5 आउट ऑफ 5। ਅਲਾਂਟੇ ਮਾਲ ਵਿੱਚ ਅਸੀਂ PVR ਸਿਨੇਮਾ ਵਿੱਚ ਆਏ ਹਾਂ। ਇੱਥੇ ਜਿਹੜੇ ਲੋਕ ਗੁੱਡ ਨਿਊਜ਼ ਜਿਹੜੀ ਕਿ ਨਵੀਂ ਫਿਲਮ ਅੱਜ ਰਿਲੀਜ਼ ਹੋਈ ਆ, ਉਹ ਫਿਲਮ ਦੇਖ ਕੇ ਨਿਕਲੇ ਤਾਂ ਅਸੀਂ ਦਰਸ਼ਕਾਂ ਨਾਲ ਗੱਲਬਾਤ ਕੀਤੀ। ਲਗਭਗ ਸਾਰਿਆਂ ਨੂੰ ਹੀ, ਜਿਹੜੇ ਮਤਲਬ ਕਿ ਦਰਸ਼ਕ ਅੱਜ ਪਹਿਲਾ ਸ਼ੋਅ ਦੇਖ ਕੇ ਨਿਕਲਿਆ, ਸਾਰਿਆਂ ਨੂੰ ਹੀ ਇਹ ਮੂਵੀ ਬਹੁਤ ਅੱਛੀ ਲੱਗੀ। ਔਰ ਹਾਊਸਫੁੱਲ ਜਿਹੜਾ ਕੀ ਆ ਉਹ ਸ਼ੋਅ ਸੀਗਾ, ਔਰ ਸਭ ਨੇ ਲਗਭਗ 5 ਵਿੱਚੋਂ 5 ਨੰਬਰ ਮੈਕਸੀਮਮ ਲੋਕਾਂ ਨੇ ਦਿੱਤੇ ਆ, ਕਿ ਹਾਲਾਂਕਿ ਕੁਛ ਨੇ ਇਹਨੂੰ 4.5 ਵੀ ਨੰਬਰ ਦਿੱਤੇ ਹੈ। ਔਰ ਅਕਸ਼ੈ ਕੁਮਾਰ ਔਰ ਦਲਜੀਤ ਦੀ ਸਭ ਨੇ ਇਹ ਕਿਹਾ, ਦੋਨਾਂ ਦੀ ਐਕਟਿੰਗ ਬਹੁਤ ਅੱਛੀ ਸੀਗੀ। ਔਰ ਕਈਆਂ ਨੇ ਇਹ ਕਿਹਾ ਕਿ ਹੱਸ ਹੱਸ ਕੇ ਪਾਗਲ ਹੋਣ ਵਾਲੀ ਫਿਲਮ ਹੈ ਔਰ ਫੈਮਿਲੀ ਨਾਲ ਇਹ ਦੇਖਣ ਵਾਲੀ ਫਿਲਮ ਹੈ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਉਮਾ ਯਾਦਵ ਦੇ ਨਾਲ ਦੈਨਿਕ ਸਵੇਰਾ TV ਲਈ ਚੰਡੀਗੜ੍ਹ ਤੋਂ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਇਹ ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।